ਜੀ ਕਿਤਾਬਾਂ ਪੜ੍ਹਨੀਆਂ ਛੱਡ ਗਏ ਸੀ ਤਾਂ ਸਾਨੂੰ ਲੱਗਿਆ ਵੀ ਸਭ ਤੋਂ ਵਧੀਆ ਚੀਜ਼ ਇਹੀ ਹੈ ਕਿਤਾਬਾਂ ਦਾ ਹੀ ਹੈਗਾ ਵੀ ਇਸ ਚੀਜ਼ ਨੂੰ ਲਾਇਬ੍ਰੇਰੀ ਉੱਥੇ ਸ਼ੁਰੂ ਕਰੀਏ। ਜਿਵੇਂ ਹੁਣ ਆਪਣਾ ਇੱਥੇ ਪੰਥ ਬੈਠਾ ਹੈਗਾ ਜਾਂ ਉੱਥੇ ਦਿੱਲੀ ਬੈਠਾ ਸੀਗਾ ਉਦੋਂ ਵੀ ਲੋਕਾਂ ਤੋਂ ਲਾਹਾ ਨਹੀਂ ਲਿਆ ਗਿਆ। ਮੋਰਚਾ ਤਾਂ ਲੜ ਹੀ ਰਹੇ ਹਾਂ, ਜੇ ਆਪਾਂ ਇੱਥੇ ਬੈਠੇ ਹਾਂ ਆ ਕੇ ਸ਼ਮੂਲ ਤਾਂ ਆਪਾਂ ਇੱਥੋਂ ਕੁਛ ਨਾ ਕੁਛ ਲੈ ਕੇ ਜਾਈਏ। ਐਂ ਨਹੀਂ ਪਤਾ ਲੱਗਦਾ ਕਿੱਥੋਂ ਕਿਹੜੀ ਚੀਜ਼ ਆ ਰਹੀ ਹੈ, ਜਿਹੜੀ ਚੀਜ਼ ਦਾ ਮੂੰਹ 'ਚੋਂ ਨਾਂ ਲੈਂਦੇ ਹਾਂ ਅਤੇ ਉਹ 10 ਮਿੰਟਾਂ ਦੇ ਵਿੱਚ ਹਾਜ਼ਰ ਹੋ ਜਾਂਦੀ ਹੈ। ਦਿੱਲੀ ਵਾਲਾ ਧਰਨਾ ਸਾਡੇ ਵਾਸਤੇ ਇੱਕ ਹਿਸਾਬ ਦਾ ਟ੍ਰੇਨਿੰਗ ਪੀਰੀਅਡ ਸੀਗਾ, ਉਹ ਸਾਡੇ ਵਾਸਤੇ ਟ੍ਰੇਨਿੰਗ ਸੀਗੀ। ਵੱਡੀਆਂ ਮੋਰਚ ਤਾਂ ਹਜੇ ਲੱਗ ਰਹੇ ਨੇ ਜਾਂ ਲੱਗਣੇ ਨੇ। ਮੇਰਾ ਕਹਿਣ ਦਾ ਮਤਲਬ ਕੇਸ ਦਾੜੀ ਨੌਜਵਾਨ ਰੱਖਣ ਲੱਗ ਗਏ, ਪਰਨੇ ਬੰਨ੍ਹਣ ਲੱਗ ਗਏ, ਪੱਗਾਂ 'ਤੇ ਦਮਾਲੇ ਸਜਾਉਣ ਲੱਗ ਗਏ ਤਾਂ ਆਪਣੇ ਆਪ ਹੁਣ ਮੋੜਾ ਮੁੜੂਗਾ। ਗੀਤਾਂ ਵਾਲੇ ਹੁੰਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਆਹ ਚੀਜ਼ ਆ, ਹੁਣ ਆਹ ਚੱਲੂਗਾ, ਹੁਣ ਆਹ ਲਿਖੀ ਆਪਾਂ ਮੌਕੇ ਮੌਕੇ 'ਤੇ। ਹੁਣ ਕਿਤਾਬਾਂ ਵਾਲੇ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ। ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਅਤੇ ਮੋਹਾਲੀ ਦੇ ਬਾਰਡਰਾਂ ਦੇ ਉੱਪਰ ਕੌਮੀ ਇਨਸਾਫ ਮੋਰਚਾ ਲੰਬੇ ਦਿਨਾਂ ਤੋਂ ਲੱਗਾ ਹੋਇਆ। ਤਾਂ ਵੱਖ ਵੱਖ ਧਿਰਾਂ ਦੇ ਵੱਲੋਂ ਆਪਣੀ ਵਿੱਤ ਦੇ ਅਨੁਸਾਰ ਸ਼ਮੂਲੀਅਤ ਕੀਤੀ ਜਾ ਰਹੀ ਹੈ। ਤਾਂ ਇਸ ਮੋਰਚੇ ਦੇ ਵਿੱਚ ਅਜਿਹੀਆਂ ਸ਼ਖਸੀਅਤਾਂ ਵੀ ਨੇ ਜਿਨ੍ਹਾਂ ਦੇ ਕੋਲ ਵੱਖ ਵੱਖ ਹੁਨਰ ਹੈ, ਪਰ ਕਿਤੇ ਨਾ ਕਿਤੇ ਉਹ ਜਿਹੜੀਆਂ ਧਾਰਮਿਕ ਪੁਸਤਕਾਂ ਨੇ ਜਾਂ ਸਿੱਖਾਂ ਦਾ ਸਾਹਿਤ ਹੈ ਉਹਦੇ ਨਾਲ ਵੀ ਜੁੜੀਆਂ ਹੋਈਆਂ ਨੇ ਔਰ ਹੋਰ ਲੋਕਾਂ ਨੂੰ ਵੀ ਪ੍ਰੇਰਣਾਦਾਇਕ ਕਰਦੇ ਨੇ। ਤਾਂ ਤੁਸੀਂ ਦੇਖਿਆ ਹੋਵੇਗਾ ਕਿ ਦਿੱਲੀ ਦੇ ਬਾਰਡਰਾਂ ਦੇ ਉੱਪਰ ਟਿੱਕਰੀ ਜਾਂ ਸ਼ਿੰਗੂ ਬਾਰਡਰ ਦੇ ਉੱਪਰ ਵੀ ਜਿਹੜਾ ਸੀਗਾ ਉਹ ਸਮੇਂ ਦੇ ਦਰਮਿਆਨ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਤਾਂ ਜਿਹੜਾ ਅਨੇਕਾਂ ਤਰ੍ਹਾਂ ਦੇ ਨਾਲ ਲਾਇਬ੍ਰੇਰੀਆਂ ਲੱਗੀਆਂ ਰਹੀਆਂ, ਕਿਤਾਬਘਰ ਬਣੇ ਰਹੇ ਨੌਜਵਾਨਾਂ ਨੂੰ ਕਿਤਾਬਾਂ ਦੇ ਨਾਲ ਜੋੜਨ ਵਾਸਤੇ। ਤਾਂ ਅੱਜ ਵੀ ਕੌਮੀ ਇਨਸਾਫ ਮੋਰਚੇ ਦੇ ਵਿੱਚ ਕੁਝ ਅਜਿਹੇ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਨੌਜਵਾਨੀ ਨੂੰ ਲੈ ਕੇ, ਕਿਤਾਬਾਂ ਨੂੰ ਲੈ ਕੇ ਔਰ ਪੰਜਾਬ ਦੇ ਲੋਕਾਂ ਨੂੰ ਪ੍ਰੇਰਣਾ ਸਿੱਖਿਆ ਦੇਣ ਵਾਸਤੇ ਵੀ ਨੌਜਵਾਨਾਂ ਦੇ ਵੱਲੋਂ ਅਜਿਹੇ ਉਪਰਾਲੇ ਕੀਤੇ ਹੋਏ ਨੇ। ਤਾਂ ਅਜਿਹੇ ਨੌਜਵਾਨ ਸਾਡੇ ਨਾਲ ਨੇ, ਉਹ ਸਾਈਕਲਿਸਟ ਵੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ ਬਾਈ ਕੀ ਸੋਚਦੇ ਨੇ ਔਰ ਇਹਨਾਂ ਜਿਹੜੀ ਇੱਥੇ ਕਿਤਾਬ ਘਰ ਲਗਾਉਣ ਦਾ ਇੱਥੇ ਮਕਸਦ ਹੈ ਉਹਨਾਂ ਦਾ ਮਕਸਦ ਕੀ ਹੈ। ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਂ ਰੇਸ਼ਮ ਸਿੰਘ ਗੁਦਾਰੇ ਜੀ। ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਮੇਰਾ ਦਮਦਮਾ ਸਾਹਿਬ ਦੇ ਕੋਲ ਪਿੰਡ ਹੈ ਜੀ, 8 ਕਿਲੋਮੀਟਰ ਦੂਰ ਛੋਟਾ ਜਿਹਾ ਪਿੰਡ ਹੈ, ਤੰਗਰਾਲੀ, ਜ਼ਿਲ੍ਹਾ ਬਠਿੰਡਾ ਜੀ। ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ, ਤਾਂ ਤੁਹਾਡੇ ਵੱਲੋਂ ਇਹ ਕਿਤਾਬ ਘਰ ਸ਼ੁਰੂ ਕੀਤਾ ਗਿਆ, ਮਕਸਦ ਕੀ ਹੈ? ਜਦੋਂ ਵੀ ਕੋਈ ਮੋਰਚਾ ਲੱਗਦਾ ਜੀ ਜਾਂ ਧਰਨਾ ਹੁੰਦਾ ਹੈ ਨਾ ਜੀ, ਆਪਣਾ ਇਕੱਲਾ ਉੱਥੇ ਮੰਗਾਂ ਨੂੰ ਲੈ ਕੇ ਨਹੀਂ ਹੁੰਦਾ, ਜਿਵੇਂ ਜਿਵੇਂ ਆਗੂ ਕੁਛ ਬੋਲਦੇ ਨੇ, ਕੁਛ ਸਪੀਚਾਂ ਦਿੱਤੀਆਂ ਜਾਂਦੀਆਂ ਨੇ, ਆਪਣੇ ਜਿਵੇਂ ਸਿੱਖ ਧਰਮ ਦੇ ਵਿੱਚ ਗੁਰਮਤੇ ਹੁੰਦੇ ਨੇ ਤਾਂ ਉੱਥੇ ਬਹੁਤ ਸਾਰੇ ਪਲੇਟਫਾਰਮ ਬਣ ਜਾਂਦੇ ਨੇ ਸਿੱਖਣ ਦੇ। ਤਾਂ ਸਾਨੂੰ ਟਿੱਕਰੀ ਦੇ ਉੱਤੇ ਵੀ ਇਹੀ ਚੀਜ਼ ਲੱਗਿਆ ਸੀ, ਯੂਨੀਵਰਸਿਟੀ ਨਾਲ ਰਿਲੇਟਡ ਰਹੇ ਹਾਂ ਕਿ ਉਦੋਂ ਸਿੱਖ ਧਰਮ ਦੀ ਗੱਲ ਚੱਲ ਰਹੀ ਸੀਗੀ, ਜੇ ਸਾਨੂੰ ਨੌਜਵਾਨਾਂ ਨੂੰ ਅੱਗੇ ਵਧਣ ਵਾਸਤੇ ਕਰ ਰਹੇ ਸੀਗੇ ਵੀ ਅਸੀਂ ਲੰਘ ਜਾਂਗੇ ਉੱਤੋਂ ਦੀ, ਤਾਂ ਉੱਥੇ ਨਵਾਬ ਕਪੂਰ ਸਿੰਘ ਹੋ ਰਹਿੰਦੀਆਂ ਜਾਂ ਬੰਦਾ ਸਿੰਘ ਬਹਾਦਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹੀਆਂ ਨੇ ਜੋ ਸਾਨੂੰ ਪੰਪ ਕਰਦੀਆਂ ਸੀਗੀਆਂ। ਫਿਰ ਲੋਕਾਂ ਦੇ ਵਿੱਚ ਉਤਸੁਕਤਾ ਹੋਈ ਵੀ ਯਾਰ ਇਹਨੂੰ ਜਾਣਿਆ ਜਾਵੇ ਪੂਰਾ, ਕਿਉਂਕਿ ਅਸੀਂ ਕਿਤਾਬਾਂ ਪੜ੍ਹਨੀਆਂ ਛੱਡ ਗਏ ਸੀ ਤਾਂ ਸਾਨੂੰ ਲੱਗਿਆ ਵੀ ਸਭ ਤੋਂ ਵਧੀਆ ਚੀਜ਼ ਇਹੀ ਹੈ ਕਿਤਾਬਾਂ ਦਾ ਹੀ ਹੈਗਾ ਵੀ ਇਸ ਚੀਜ਼ ਨੂੰ ਲਾਇਬ੍ਰੇਰੀ ਉੱਥੇ ਸ਼ੁਰੂ ਕਰੀਏ। ਤਾਂ ਉੱਥੇ ਫਿਰ ਟਿੱਕਰੀ ਬਾਰਡਰ ਦੇ ਉੱਤੇ ਮੇਰੀ ਲਾਇਬ੍ਰੇਰੀ ਰਹੀ ਹੈ ਅਤੇ ਇਹੀ ਚੀਜ਼ ਮੈਂ ਇੱਥੇ ਸੋਚ ਦਾਂਗਾ ਵੀ ਇਹ ਚੀਜ਼ਾਂ ਇੱਥੇ ਹੋਣੀਆਂ ਚਾਹੀਦੀਆਂ ਨੇ। ਬਾਕੀ ਜਿਵੇਂ ਹੁਣ ਆਪਣਾ ਇੱਥੇ ਪੰਥ ਬੈਠਾ ਹੈਗਾ ਜਾਂ ਉੱਥੇ ਦਿੱਲੀ ਬੈਠਾ ਸੀਗਾ ਉਦੋਂ ਵੀ ਲੋਕਾਂ ਤੋਂ ਲਾਹਾ ਨਹੀਂ ਲਿਆ ਗਿਆ, ਪੰਥ ਉੱਥੇ ਬੈਠਾ ਰਿਹਾ ਸਾਲ, ਉੱਥੇ ਦਮਾਲੇ ਸਜਾਉਣੇ, ਘੋੜ ਸਵਾਰੀ, ਗੱਤਕਾ ਹੈ ਨਾ ਜਾਂ ਬਾਣੀ ਸੰਥਿਆ ਉਹ ਲੰਘਾਤਾ ਸੀ। ਤਾਂ ਮੈਂ ਹੁਣ ਚਾਹੁੰਦਾ ਇੱਥੇ ਵੀ ਗੱਲ ਕਰਦਾ ਹੁੰਦਾ ਵੀ ਆਪਾਂ ਇਕੱਲਾ ਮੋਰਚਾ ਤਾਂ ਲੜ ਹੀ ਰਹੇ ਹਾਂ, ਜੇ ਆਪਾਂ ਇੱਥੇ ਬੈਠੇ ਹਾਂ ਆ ਕੇ ਸ਼ਮੂਲ ਤਾਂ ਆਪਾਂ ਇੱਥੋਂ ਕੁਛ ਨਾ ਕੁਛ ਲੈ ਕੇ ਜਾਈਏ, ਇਹੀ ਸਾਡਾ ਮੋਟਿਵ ਹੈ ਜੀ ਮੇਨ। ਗਿਆਨ ਦੇ ਬਾਬਤ ਗੱਲ ਕਰਦੇ? ਹਾਂ ਗਿਆਨ ਦੇ ਜੀ। ਬਾਈ ਜੀ ਇੱਕ ਹੋਰ ਨਿੱਜੀ ਜਿਹਾ ਸਵਾਲ ਤੁਹਾਡੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਕਰ ਦਿੰਦਾ ਹੈ। ਆਮ ਤੌਰ 'ਤੇ ਜਿਹੜੀਆਂ ਪੰਜਾਬ ਦੇ ਵਿੱਚ ਵੀ ਸਮੱਸਿਆਵਾਂ ਨੇ ਕਿ ਵਿਦਿਆਰਥੀ ਜਿਹੜਾ ਆਪਣੀ ਸਟੱਡੀ ਕੰਪਲੀਟ ਕਰ ਲੈਂਦੇ ਨੇ, ਪੜ੍ਹਾਈ ਪੂਰੀ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਆਰਥਿਕਤਾ ਨੂੰ ਲੈ ਕੇ ਵੀ ਵੱਡੇ ਸਵਾਲ ਉਪਜਦੇ ਰਹਿੰਦੇ ਨੇ। ਸਭ ਤੋਂ ਪਹਿਲਾਂ ਇਹ ਦੱਸ ਦਿਓ ਕਿ ਜਿਹੜਾ ਤੁਸੀਂ ਇੰਨਾ ਵੱਡਾ ਉਪਰਾਲਾ ਕੀਤਾ ਹੋਇਆ ਹੈ ਇਹਦੇ ਵਾਸਤੇ ਜਿਹੜਾ ਫਾਈਨੈਂਸ਼ਲੀ ਪੱਖ, ਜਿਹੜਾ ਪੈਸੇ ਦੀ ਗੱਲ ਕਰੀਏ, ਜਿਹੜਾ ਉਦਮ ਦੀ ਗੱਲ ਕਰੀਏ, ਉਹ ਫਿਰ ਕਿਵੇਂ ਜੁੜਦਾ ਹੈ? ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਤਾਂ ਸਾਡੇ ਕੋਲ 50-60 ਕਿਤਾਬਾਂ ਸੀਗੀਆਂ ਜੀ, ਦੋਸਤਾਂ ਤੋਂ ਇੱਧਰ ਉੱਧਰ ਇਕੱਠੀਆਂ ਕੀਤੀਆਂ ਸੀਗੀਆਂ ਜੀ, ਅਤੇ ਕੁਛ ਸਿੰਘੂ ਸੱਥ ਲੱਗੀ ਹੋਈ ਸੀ ਉਹਨਾਂ ਨੇ ਦਿੱਤੀਆਂ ਸੀ ਸਾਨੂੰ ਥੋੜ੍ਹਾ ਜਿਹਾ ਹਿੱਸਾ। ਬਾਕੀ ਤੁਹਾਨੂੰ ਪਤਾ ਹੀ ਹੈ ਜੀ ਧਰਨੇ ਦੇ ਵਿੱਚ ਇੱਥੇ ਆਪਾਂ ਉੱਥੇ ਵੀ ਗੱਲ ਕਰਦੇ ਵੀ ਅਕਾਲ ਪੁਰਖ ਹੀ ਹੈ ਜਿਹੜਾ ਚਲਾਉਂਦੇ ਨੇ ਇਹ ਚੀਜ਼ਾਂ ਨੇ, ਕੋਈ ਐਂ ਨਹੀਂ ਪਤਾ ਲੱਗਦਾ ਕਿੱਥੋਂ ਕਿਹੜੀ ਚੀਜ਼ ਆ ਰਹੀ ਹੈ, ਜਿਹੜੀ ਚੀਜ਼ ਦਾ ਮੂੰਹ 'ਚੋਂ ਨਾਂ ਲੈਂਦੇ ਹਾਂ ਅਤੇ ਉਹ 10 ਮਿੰਟਾਂ ਦੇ ਵਿੱਚ ਹਾਜ਼ਰ ਹੋ ਜਾਂਦੀ ਹੈ,
ਉੱਥੇ ਵੀ ਇਹੀ ਚੀਜ਼ ਰਹੀ ਹੈ ਤੇ ਐਂ ਇਕੱਠਾ ਹੋਈ ਗਿਆ ਹੈਗਾ ਤੇ ਕੁਝ ਕੁ ਚੀਜ਼ਾਂ ਸੀਗੀਆਂ ਜਿਹੜਾ ਅਸੀਂ ਸੋਚ ਕੇ ਮਤਲਬ 10-11 ਹਜ਼ਾਰ ਦੀ ਸੇਵਾ ਸੀ ਜਿਹੜਾ ਸਾਨੂੰ ਲੱਗਿਆ ਵੀ ਆਹ ਚੀਜ਼ ਤਾਂ ਪੜਾਉਣੀ ਹੀ ਪੜਾਉਣੀ ਚਾਹੀਦੀ ਹੈ ਉਹਨਾਂ ਕ ਅਸੀਂ ਕੀਤਾ ਬਾਕੀ ਸਾਰਾ ਸੰਗਤ ਦਾ ਜਾਂ ਅਕਾਲ ਪੁਰਖ ਵਾਹਿਗੁਰੂ ਦਾ ਹੀ ਆਪ ਹੀ ਸਹਾਈ ਨੇ ਕਾਰਜ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਕਿ ਉਸ ਘਟਨਾ ਤੋਂ ਪ੍ਰੇਰਨਾ ਸਰੋਤ ਬਣ ਜਾਂਦੇ ਆ ਕੁਝ ਲੋਕ ਸਾਡੇ ਵਾਸਤੇ ਤਾਂ ਜੋ ਸਾਡੀ ਜ਼ਿੰਦਗੀ ਦੇ ਵਿੱਚ ਮੋੜਾ ਪੈ ਜਾਂਦਾ ਤੁਹਾਡੇ ਮਨ ਦੇ ਵਿੱਚ ਇਹ ਗੱਲ ਕਿਵੇਂ ਉਪਜਦੀ ਹੈ ਕਿ ਨੌਜਵਾਨਾਂ ਨੂੰ ਆਪਣੇ ਸਿੱਖ ਸਾਹਿਤ ਦੇ ਨਾਲ ਪੁਸਤਕਾਂ ਦੇ ਨਾਲ ਜੋੜਨਾ ਚਾਹੀਦਾ ਹੈ ਹਾਂਜੀ ਬਿਲਕੁਲ ਬਹੁਤ ਸਾਰੇ ਜਦੋਂ ਇੱਥੇ ਆਪਾਂ ਗੱਲ ਕਰਦੇ ਹਾਂ ਨਾ ਇਹ ਲਾਇਬ੍ਰੇਰੀ ਵੀ ਹੈ ਅਤੇ ਸੱਥ ਵੀ ਹੈ ਦੋ ਚੀਜ਼ਾਂ ਨੇ ਸੱਥ ਹੁੰਦਾ ਸਾਡਾ ਕਹਿੰਦੇ ਹੁੰਦੇ ਨੇ ਵੀ ਮਿੰਨੀ ਪਾਰਲੀਮੈਂਟ ਕਹਿੰਦੇ ਹਾਂ ਨਾ ਪਿੰਡਾਂ ਦੇ ਆਪਾਂ ਛੋਟੇ ਲੈਵਲ ਦੀ ਉਸ ਤਰ੍ਹਾਂ ਦੀ ਇਹ ਸੱਥ ਵੀ ਹੈਗੀ ਇੱਥੇ ਆ ਕੇ ਕੋਈ ਕਿਤਾਬ ਦੇ ਵਿੱਚ ਕਈ ਵਾਰੀ ਗਲਤ ਵੀ ਲਿਖਿਆ ਜਾਂਦਾ ਸਹੀ ਵੀ ਲਿਖਿਆ ਜਾਂਦਾ ਉਹੋ ਜਿਹੀਆਂ ਚੀਜ਼ ਦਾ ਚਰਚਾ ਵੀ ਹੁੰਦੀ ਰਹਿੰਦੀ ਹੈ ਇੱਥੇ ਸਾਡੇ ਕੋਲ ਜਗਦੀਪ ਬਾਈ ਜੀ ਨੇ ਲਿਖਿਆ ਹੰਨੇ ਹੰਨੇ ਪਾਤਸ਼ਾਹੀ ਜਿਹੜੀ ਸਭ ਤੋਂ ਅੱਜ ਕੱਲ੍ਹ ਟੌਪ 'ਤੇ ਚੱਲ ਰਹੀ ਹੈ ਜਿਹੜਾ ਸਾਡਾ ਗੈਪ ਪੈ ਗਿਆ ਸੀ 18ਵੀਂ ਸਦੀ ਵਾਲੇ ਸਿੱਖਾਂ ਦਾ ਵੀ ਉਹ ਅਲੋਪ ਜਿਹਾ ਹੋ ਗਿਆ ਤਾਂ ਬਾਈ ਜੀ ਨੇ ਪੰਥ ਪ੍ਰਕਾਸ਼ ਦੇ ਵਿੱਚੋਂ ਦਲ ਦੇ ਵਿੱਚ ਰਹਿ ਕੇ ਬਹੁਤ ਸਾਰੀਆਂ ਚੀਜ਼ਾਂ ਉਹਨੂੰ ਕੱਢ ਕੇ ਲਿਆਇਆ ਮਤਲਬ ਕਿ ਅੱਗੇ ਤਾਂ ਅਸੀਂ ਉਸ ਕਿਤਾਬ ਦੀ ਵੀ ਗੱਲ ਕਰਦੇ ਹਾਂ ਵੀ ਉਹਨੂੰ ਪੜ੍ਹੋ ਐਂ ਇੱਥੇ ਇਹ ਕਿਤਾਬ ਹੈ ਦਿਖਾ ਦੇ ਅਤੇ ਬਾਈ ਹਾਂ ਹਾਂ ਸਾਡਾ ਮਿੱਤਰ ਵੀ ਆ ਉਹ ਇਹ ਟਿੱਕਰੀ ਬਾਰਡਰ 'ਤੇ ਵੀ ਸਾਡੇ ਨਾਲ ਰਹੇ ਸੀ ਬਾਈ ਜੀ ਹੰਨੇ ਹੰਨੇ ਪਾਤਸ਼ਾਹੀ ਇਹ ਮਤਲਬ ਕਿ ਤੁਸੀਂ ਜਦੋਂ ਤੁਹਾਨੂੰ ਕਿਤਾਬ ਖਤਮ ਹੁੰਦੀ ਤਾਂ ਐਂ ਲੱਗਦਾ ਵੀ ਯਾਰ ਇਹ ਮੁੱਕ ਕਾਹਤੋਂ ਗਈ ਇਸ ਤਰ੍ਹਾਂ ਦਾ ਬਾਈ ਜੀ ਕੀ ਲਿਖਿਆ ਇਹਦੇ ਕਿਤਾਬ ਦੇ ਵਿੱਚ ਜਿਵੇਂ ਆਪਣੇ 18ਵੀਂ ਸਦੀ ਦੇ ਵਿੱਚ ਸਿੱਖ ਸੀਗੇ ਜੀ ਅਸਲ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਇੱਕ ਆਪਾਂ ਕਹਿ ਦਿੰਦੇ ਹਾਂ ਵੀ ਬੁੱਢਾ ਦਲ ਦੀ ਰਵਾਇਤ ਹੈ ਜਾਂ ਬੁੱਢਾ ਉਹਦੀ ਰਵਾਇਤ ਹੈ ਜਾਂ ਨਿੰਗ ਸਿੰਘਾਂ ਦੀ ਰਵਾਇਤ ਨਿੰਗ ਸਿੰਘਾਂ ਦੀ ਜਾਂ ਉਹ ਬੁੱਢਾ ਦਲ ਦੀ ਰਵਾਇਤ ਨਹੀਂ ਹੁੰਦੀ ਇਹ ਤਾਂ ਆਪਣੇ ਗੁਰੂਆਂ ਦੀ ਰਵਾਇਤ ਹੈ ਜਿਹੜੀ ਉਹ ਸਾਂਭੀ ਆ ਰਹੇ ਨੇ ਹੈ ਰਵਾਇਤ ਗੁਰੂ ਦੀ ਹੈ ਉਹ ਸਿੰਘ ਜੰਗਲਾਂ ਦੇ ਵਿੱਚ ਕਿਵੇਂ ਰਹੇ ਜਾਂ ਉਸ ਟਾਈਮ ਦੇ ਵਿੱਚ ਕੀ ਉਹਨਾਂ ਨੇ ਝੱਲੇ ਆਪਾਂ ਹੁਣ ਥੋੜ੍ਹਾ ਜਿਹਾ ਇੱਥੇ ਸਭ ਕੁਛ ਆਪਾਂ ਨੂੰ ਮਿਲ ਰਿਹਾ ਹੈਗਾ ਅਤੇ ਅਸੀਂ ਪਤਾ ਨਹੀਂ ਕੀ ਕਹਿ ਦਿੰਦੇ ਹੈਗੇ ਵੀ ਅਸੀਂ ਥੱਲੇ ਪਏ ਹਾਂ ਭੁੰਜੇ ਪਏ ਹੈਗੇ ਔਖੇ ਹੈਗੇ ਆਹ ਚੌਂਈ ਜਾਂਦਾ ਹੈਗਾ ਫਿਰ ਅਸੀਂ ਬਾਈ ਕੁਛ ਵੀ ਨਹੀਂ ਲੱਗਦਾ ਵੀ ਜਿਹੜੀ ਘਾਲਣਾ ਉਹਨਾਂ ਨੇ ਘਾਲੀ ਹੈ ਸਾਨੂੰ ਇੱਥੋਂ ਤੱਕ ਲੈ ਕੇ ਆਉਣ ਨੂੰ ਇਹ ਚੀਜ਼ਾਂ ਨੇ ਅਤੇ ਇਹ ਪਾਠ ਸੀਗਾ 18ਵੀਂ ਸਦੀ ਵਾਲਾ ਉਹ ਵਿੱਚ ਹੈ ਵੀ ਨਹੀਂ ਲਿਖਿਆ ਵੀ ਨਹੀਂ ਗਿਆ ਅਤੇ ਬਾਈ ਦੇ ਅਸੀਂ ਬਹੁਤ ਬਹੁਤ ਧੰਨਵਾਦ ਹੈ ਧੰਨਵਾਦੀ ਹਾਂ ਜਿਹੜਾ ਲੈ ਕੇ ਆਇਆ ਅਤੇ ਦੂਜਾ ਭਾਗ ਉਹ ਲਿਖ ਰਿਹਾ ਇਸ ਚੀਜ਼ ਦਾ ਇੱਕ ਹੋਰ ਗੱਲ ਹੈ ਕਿ ਨੌਜਵਾਨਾਂ ਦੇ ਬਾਰੇ ਵੀ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਨੌਜਵਾਨ ਨੇ ਅੱਜ ਉਹ ਆਪਣੇ ਸਾਹਿਤ ਦੇ ਨਾਲੋਂ ਟੁੱਟਦੇ ਜਾ ਰਹੇ ਨੇ ਮੋਬਾਈਲ ਫੋਨ ਆ ਗਏ ਹੋਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਆ ਗਈਆਂ ਰਜੇਵੇਂ ਇੰਨੇ ਹੋ ਗਏ ਕਿ ਅੱਜ ਕੱਲ੍ਹ ਜਿਹੜਾ ਕਿਤਾਬਾਂ ਪੜ੍ਹਨ ਦਾ ਉਹ ਰੁਝਾਨ ਰਿਹਾ ਨਹੀਂ ਬਾਈ ਜੀ ਜੇ ਤਾਂ ਆਪਾਂ ਪਹਿਲਾਂ ਦੀ ਗੱਲ ਕਰੀਏ ਵੀ ਦਿੱਲੀ ਵਾਲੇ ਤੋਂ ਦਿੱਲੀ ਵਾਲਾ ਧਰਨਾ ਸਾਡੇ ਵਾਸਤੇ ਇੱਕ ਹਿਸਾਬ ਦਾ ਟ੍ਰੇਨਿੰਗ ਪੀਰੀਅਡ ਸੀਗਾ ਉਹ ਸਾਡੇ ਵਾਸਤੇ ਟ੍ਰੇਨਿੰਗ ਸੀਗੀ ਵੱਡੀਆਂ ਮੋਰਚੇ ਤਾਂ ਹਜੇ ਲੱਗ ਰਹੇ ਨੇ ਜਾਂ ਲੱਗਣੇ ਨੇ ਉਦੋਂ ਨਾਲੋਂ ਹੁਣ ਫਰਕ ਪੈ ਗਿਆ ਹੁਣ ਮੋੜਾ ਪਿਆ ਹੈਗਾ ਨੌਜਵਾਨ ਸਿੱਖੀ ਵੱਲ ਵੀ ਮੁੜੇ ਨੇ ਮਤਲਬ ਕਿ ਜੇ ਮੈਂ ਆਪਦੀ ਗੱਲ ਵੀ ਕਰਾਂ ਤਾਂ ਮੈਂ ਪਹਿਲਾਂ ਰੋਡਾ ਘੋਡੇ ਸੀ ਉੱਥੋਂ ਮੋਰਚੇ ਦੇ ਵਿੱਚ ਆ ਕੇ ਮੈਂ ਸਾਫ਼ ਸੂਰਤ ਹੋਇਆਂਗਾ ਅਤੇ ਮੇਰੇ ਵਰਗੇ ਬੜੇ ਨੇ ਜਿਹੜੇ ਹੁਣ ਮੋੜਾ ਪੈ ਰਿਹਾ ਹੈਗਾ ਜਦੋਂ ਮੋੜਾ ਪਊਗਾ ਸਿੱਖੀ ਚਾਹੁਣਗੇ ਤਾਂ ਆਪਣੇ ਆਪ ਹੀ ਚਿਣਗ ਲੱਗਣੀ ਹੈ ਵੀ ਯਾਰ ਸਾਡੇ ਪੁਰਖੇ ਕੀ ਗਾ ਜਿਹੜੀ ਸਾਡੀ ਬਾਈ ਜੀ ਸਾਫ਼ ਸੂਰਤ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੈ ਨਾ ਕੇਸ ਜਾਂ ਦਾੜਾ ਪ੍ਰਕਾਸ਼ ਕਰਨਾ ਨਾ ਇਹ ਸਾਨੂੰ ਸਾਡੇ ਪੁਰਖਿਆਂ ਨਾਲ ਜੋੜਦੇ ਜਦੋਂ ਅਸੀਂ ਉਹਨਾਂ ਨਾਲ ਜੁੜ ਜਾਂਦੇ ਫਿਰ ਆਪਣੇ ਆਪ ਹੀ ਤੰਗ ਪੈਦਾ ਹੁੰਦੀ ਹੈ ਵੀ ਸਰ ਉਹ ਕੌਣ ਸੀਗੇ ਯਾਰ ਜਿੰਨਾ ਕਰਕੇ ਜਿਨ੍ਹਾਂ ਨੇ ਇਹੋ ਜਿਹਾ ਕੁਛ ਲਿਖਿਆ ਹੈਗਾ ਫਿਰ ਆਪਣੇ ਆਪ ਹੀ ਚਿਣਗ ਲੱਗ ਜਾਂਦੀ ਹੈਗੀ ਕਿਸੇ ਗੁਰੂ ਸਾਹਿਬ ਨੇ ਕੁਛ ਨਾ ਕੁਛ ਐਂ ਨਹੀਂ ਹੈਗਾ ਗਾ ਵੀ ਵੈਸੇ ਹੀ ਕਹਿਤਾ ਉਹਦੇ ਪਿੱਛੇ ਇੱਕ ਮੈਨੂੰ ਮਿਲੇ ਸੀ ਮੈਂ ਸਾਈਕਲਿਸਟ ਵੀ ਹੈਗਾ ਘੁੰਮਦੇ ਘੁੰਮਾਉਂਦੇ ਇੱਕ ਸਾਥੀ ਮਿਲੇ ਸੀ ਮੈਨੂੰ ਯੂਕਰੇਨ ਤੋਂ ਮਿਲੇ ਸੀਗੇ ਉਹ ਤਾਂ ਰਸ਼ੀਆ ਦਾ ਪਾਰਟ ਸੀਗਾ ਨਾ ਤਾਂ ਜਿੰਨਾ ਵੀ ਰੂਸ ਸੀਗਾ ਰਸ਼ੀਆ ਗਾ ਉਹ ਸਾਰੇ ਦਾੜੀ ਕੇਸ ਰੱਖਦੇ ਸੀਗੇ ਜਾਂ ਜਿੰਨੇ ਵੀ ਉਹ ਵੀ ਦਲੇਰ ਕੌਮ ਮੰਨੀ ਜਾਂਦੀ ਹੈ ਨਾ ਬਲਕਿ ਮੇਨ ਪਾਵਰ ਦੇ ਵਿੱਚ ਅਮੈਰੀਕਾ ਜਾਂ ਉਹ ਹੈ ਨਾ ਆਪਣੇ ਆਪ ਨੂੰ ਅਤੇ ਜਦੋਂ ਉੱਥੇ ਰੈਵੋਲਿਊਸ਼ਨ ਆਉਂਦਾ ਹੈਗਾ ਤਾਂ ਉਹ ਕੰਟਰੋਲ ਨਹੀਂ ਹੋ ਰਿਹਾ ਸੀ ਉਹਨਾਂ ਤੋਂ ਵੀ ਉਹ ਲੜਦੇ ਰਹਿੰਦੇ ਸੀ ਆਪਣੇ ਵਾਂਗੂ ਜਿਵੇਂ ਆਪਣੇ ਕਹਿ ਦਿੰਦੇ ਹੈ ਨਾ ਜਾਤ ਗੋਤ ਸੰਘਣਗੇ ਦੰਗਾ ਤਾਂ ਉਹ ਕਹਿੰਦੇ ਉਹਨਾਂ ਨੇ ਸਟੱਡੀ ਕੀਤੀ ਉੱਥੇ ਉਹਨਾਂ ਦੀ ਵੀ ਇਹ ਗੱਲ ਕੀ ਹੈ ਵੀ ਯਾਰ ਐਂ ਕਾਹਤੋਂ ਕਰਦੇ ਨੇ ਫਿਰ ਪਤਾ ਲੱਗਿਆ ਵੀ ਇਹ ਸਾਫ਼ ਸੂਰਤ ਨੇ ਅਤੇ ਇਹ ਪਿੱਛੇ ਐਂ ਚੱਲਦਾ ਹੋਊਗਾ ਇਹਨਾਂ ਦੀ ਦਾੜੀ ਕਟਾਓ ਤਾਂ ਉੱਥੇ ਫਾਈਨ ਲਾਤਾ ਉੱਥੇ ਉਹਨਾਂ ਦਾ ਵੀ ਇਹ ਚੀਜ਼ ਵੱਖ ਕੀਤੀ ਗਈ ਹੈਗੀ ਕਹਿੰਦੇ ਸਾਡੇ ਕੇਸ ਨੇ ਜਿਹੜੇ ਸਾਨੂੰ ਯੂਨੀਵਰਸ ਨਾਲ ਜੋੜਦੇ ਨੇ ਜਦੋਂ ਅਸੀਂ ਉਹ ਉਸ ਚੀਜ਼ ਨਾਲ ਜੁੜਦੇ ਹਾਂ ਹੈ ਨਾ ਯੂਨੀਵਰਸ ਨਾਲ ਪਸਾਰੇ ਨਾਲ ਜੁੜਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਬਹੁਤ ਸਾਰੀਆਂ ਜਿਵੇਂ ਬਾਬੇ ਨਾਨਕ ਦੇ ਤਰਕ ਸੀਗੇ ਨਾ ਕਿਉਂ ਆਉਂਦੇ ਰਹਿੰਦੇ ਨੇ ਕਿਉਂ ਤਾਂ ਜਦੋਂ ਫਿਰ ਕੋਈ ਫੌਜ ਭਰਤੀ ਕਰਦਾ ਜਾਂ ਫੌਜੀ ਭਰਤੀ ਕਰਦਾ ਫਿਰ ਉਹ ਕੱਟ ਦਿੰਦੇ ਨੇ ਵੀ ਬਸ ਇਹ ਲਕੀਰ ਦਾ ਫਕੀਰ ਬਣ ਜੇ ਇੱਕ
ਗੱਲ ਹੁੰਦੀ ਹੈਗੀ। ਹੁਣ ਜੇ ਕੇਸ, ਮੇਰਾ ਕਹਿਣ ਦਾ ਮਤਲਬ ਕੇਸ ਦਾੜੀ ਨੌਜਵਾਨ ਰੱਖਣ ਲੱਗ ਗਏ, ਪਰਨੇ ਬੰਨਣ ਲੱਗ ਗਏ, ਪੱਗਾਂ 'ਤੇ ਦਮਾਲੇ ਸਜਾਉਣ ਲੱਗ ਗਏ, ਤਾਂ ਆਪਣੇ ਆਪ ਹੁਣ ਮੋੜਾ ਮੁੜੂਗਾ। ਬਾਈ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਨੌਜਵਾਨਾਂ ਨੂੰ ਜਿਵੇਂ ਹੰਨੇ ਹੰਨੇ ਪਾਤਸ਼ਾਹੀ ਜਗਦੀਪ ਸਿੰਘ ਦੀ ਪੁਸਤਕ ਦਾ ਜ਼ਿਕਰ ਕੀਤਾ, ਜਦੋਂ ਪੁਸਤਕ ਦਿੰਦੇ ਹੋ ਨੌਜਵਾਨ ਪੜ੍ਹਦੇ ਨੇ, ਕਈ ਅਜਿਹੇ ਨੌਜਵਾਨ ਨੇ ਜਿਹੜੇ ਪਹਿਲੀ ਵਾਰ ਆਪਣੇ ਹੱਥ ਦੇ ਵਿੱਚ ਪੁਸਤਕ ਲੈਂਦੇ ਨੇ, ਜਦੋਂ ਪੜ੍ਹ ਕੇ ਵਾਪਸ ਕਰਕੇ ਜਾਂਦੇ, ਤੁਹਾਨੂੰ ਤਾਂ ਉਸ ਤੋਂ ਬਾਅਦ ਨੌਜਵਾਨਾਂ ਦੇ ਪੁਸਤਕ ਨੂੰ ਲੈ ਕੇ ਸੁਝਾਅ ਕੀ ਹੁੰਦੇ ਆ? ਬਾਈ, ਕਈ ਬੰਦੇ ਨੇ ਉਹ ਕਹਿੰਦੇ ਨੇ ਬਾਈ ਦੂਜਾ ਭਾਗ ਕਦੋਂ ਆ ਰਿਹਾ ਹੈਗਾ। ਬਾਈ ਨੇ ਵਿੱਚ ਮੈਨਸ਼ਨ ਕੀਤਾ ਦੂਜਾ ਭਾਗ ਲਿਖਣਾ ਹੈਗਾ ਜੇਤੀ, ਤਾਂ ਉਹ ਉਡੀਕ ਕਰਨ ਲੱਗ ਗਏ। ਪਹਿਲਾਂ ਇੱਥੇ ਹੁਣ ਦੀ ਗੱਲ ਹੀ ਆ, ਕੱਲ੍ਹ ਹੀ ਆਏ ਸੀ ਚਾਰ ਜਣੇ, ਉਹ ਬਾਈ ਕਹਿੰਦੇ ਵੀ ਦੂਜਾ ਭਾਗ ਕਦੋਂ ਲਿਖਣਾ। ਮੈਂ ਕਿਹਾ ਬਾਈ ਜੀ ਨੇ ਇੱਥੇ ਆਉਣਾ ਹੈਗਾ, ਤੁਸੀਂ ਖੁਦ ਹੀ ਪੁੱਛ ਲਿਓ, ਕਿਤਾਬ ਤਿਆਰ ਹੈ। ਮੈਨੂੰ ਲੱਗਦਾ ਉਹਨਾਂ ਨੇ ਵਿਸਾਖੀ 'ਤੇ ਕਰਨਾ ਹੈਗਾ, ਇਹਨੂੰ ਦੂਜੇ ਭਾਗ ਨੂੰ ਲਾਂਚ ਕਰਨਾ। ਅਤੇ ਇੱਕ ਮਤਲਬ ਕਿ ਆਪਾਂ ਬਹੁਤ ਵੱਡੀ ਚੀਜ਼ ਹੈਗਾ ਸਿੱਖ ਪੰਥ ਹੈ ਜਿਹੜਾ, ਬਹੁਤ ਹੈਗਾ ਗੁਰੂ ਸਾਹਿਬ ਦੇ ਜੀਵਨ ਨੂੰ, ਤਾਂ ਜਿੰਨਾ ਆਪਾਂ ਆਪਣੇ ਸ਼ਬਦਾਂ ਦੇ ਵਿੱਚ ਬੰਨ ਹੀ ਨਹੀਂ ਸਕਦੇ, ਪਰ ਜਿੰਨੀ ਵੱਡੀ ਚੀਜ਼ ਆਪਣੇ ਉਹਨਾਂ ਲਿਖਿਆ ਬਹੁਤ ਥੋੜ੍ਹਾ ਗਿਆ ਹੈਗਾ। ਤਾਂ ਮੈਂ ਤਾਂ ਇਹ ਚੀਜ਼ ਕਹੂੰਗਾ ਵੀ ਜੇ ਹੁਣ ਹੋਰ ਵੀ ਬਹੁਤ ਸਾਰੇ ਰਾਈਟਰ ਨੇ, ਉਹ ਹੁਣ ਇੱਧਰ ਨੂੰ ਧਿਆਨ ਦੇਣ ਵੀ ਹੁਣ ਸਿੱਖ ਨੌਜਵਾਨ ਪੜ੍ਹਨਾ ਕੀ ਚਾਹੁੰਦੇ ਨੇ, ਹਵਾ ਚੱਲ ਕਿੱਧਰ ਨੂੰ ਰਹੀ ਹੈ, ਉਹੋ ਜਿਹੀ ਚੀਜ਼ ਲਿਖਣ। ਜਿਵੇਂ ਗੀਤਕਾਰ ਨਹੀਂ ਹੁੰਦੇ ਜਾਂ ਗੀਤਾਂ ਵਾਲੇ ਹੁੰਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਆਹ ਚੀਜ਼ ਆ, ਹੁਣ ਆਹ ਚੱਲੂਗਾ, ਹੁਣ ਆਹ ਲਿਖੀ ਆਪਾਂ ਮੌਕੇ ਮੌਕੇ 'ਤੇ, ਹੁਣ ਕਿਤਾਬਾਂ ਵਾਲਿਆਂ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ। ਬਾਈ ਜੀ, ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਕਿਤੇ ਨਾ ਕਿਤੇ ਜਿਹੜੀਆਂ ਤਮਾਮ ਚੀਜ਼ਾਂ ਨੇ ਬਹੁਤ ਪ੍ਰੇਰਣਾਦਾਇਕ ਨੇ, ਤਾਂ ਬਾਈ ਜੀ ਹੁਣਾਂ ਦੇ ਵੱਲੋਂ ਵੀ ਉਪਰਾਲਾ ਕੀਤਾ ਗਿਆ, ਤਾਂ ਭਵਿੱਖ ਦੇ ਵਿੱਚ ਵੀ ਨੌਜਵਾਨਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨ ਨੂੰ ਲੈ ਕੇ, ਲਿਖਣ ਨੂੰ ਲੈ ਕੇ ਮਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ, ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀ ਤਮਾਮ ਗੱਲਬਾਤ ਲੈ ਕੇ ਮੈਂ ਰਜਿੰਦਰ ਸਿੰਘ ਹਾਜ਼ਰ ਹੋਵਾਂਗਾ। ਧੰਨਵਾਦ।